ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਅਤੇ ਮੈਂ ਹਰਕੇਸ਼ ਸਿੰਘ ਰਾਣਾ। ਗੱਲ ਕਰਦੇ ਹਾਂ ਕਿਸਾਨ ਦੀ। ਦੇਸ਼ ਦਾ ਅੰਨਦਾਤਾ ਕਿਸਾਨ ਜਦੋਂ ਵੀ ਫਸਲ ਬੀਜਦਾ ਤਾਂ ਉਸਨੂੰ ਆਸ ਹੁੰਦੀ ਹੈ ਕਿ ਮੇਰੀ ਫਸਲ ਵਧੀਆ ਹੋਏਗੀ ਅਤੇ ਉਸਨੂੰ ਮੈਂ ਮੰਡੀ ਦੇ ਵਿੱਚ ਵੇਚਾਂਗਾ ਅਤੇ ਆਪਣਾ ਮੰਡੀ ਦੇ ਵਿੱਚ ਫਸਲ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂਗਾ। ਪਰ ਜੇ ਅਸੀਂ ਗੱਲ ਕਰੀਏ ਅੱਜ ਦੇ ਹਾਲਾਤਾਂ ਦੀ, ਤਾਂ ਅੱਜ ਹਾਲਾਤ ਅਜਿਹੇ ਨੇ ਕਿ ਮੰਡੀਆਂ ਦੇ ਵਿੱਚ ਕਿਸਾਨ ਫਸਲ ਲੈ ਕੇ ਪਹੁੰਚ ਚੁੱਕਿਆ ਹੈ, ਪਰ ਕਿਸਾਨ ਦੀ ਫਸਲ ਮੰਡੀਆਂ ਦੇ ਵਿੱਚ ਰੁਲ ਰਹੀ ਹੈ। ਕੀ ਕਾਰਨ ਹੈ ਮੰਡੀਆਂ ਦੇ ਵਿੱਚ ਫਸਲ ਰੁਲਣ ਦਾ? ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਕਿਸਾਨ। ਤੁਸੀਂ ਵੇਖ ਸਕਦੇ ਹੋ ਅਸੀਂ ਮੌਜੂਦ ਹਾਂ ਇਸ ਵੇਲੇ ਨੰਗਲ ਦੇ ਕਰੀਬ ਮੰਡੀ ਅਜੋਲੀ ਵਿਖੇ, ਜਿੱਥੇ ਕਿਸਾਨ ਟਰੈਕਟਰਾਂ ਦੇ ਵਿੱਚ ਆਪਣੀ ਫਸਲਾਂ ਲੈ ਕੇ ਮੰਡੀ ਦੇ ਵਿੱਚ ਪਹੁੰਚ ਚੁੱਕੇ ਨੇ ਅਤੇ ਲਗਾਤਾਰ ਜੇ ਅਸੀਂ ਗੱਲ ਕਰੀਏ 4 ਤੋਂ 5 ਦਿਨ ਹੋ ਗਏ ਨੇ ਇਹਨਾਂ ਨੂੰ ਲਗਾਤਾਰ ਮੰਡੀ ਦੇ ਵਿੱਚ ਆਉਂਦਿਆਂ ਨੂੰ, ਪਰ ਇਹਨਾਂ ਦੀ ਫਸਲ ਅੱਜ ਤੱਕ ਨਹੀਂ ਖਰੀਦ ਹੋ ਪਾਈ ਹੈ। ਸਾਡੇ ਨਾਲ ਕਿਸਾਨ ਨੇ। ਸਰ, ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਤੁਹਾਡਾ ਕੀ ਨਾਮ ਹੈ? ਸੰਦੀਪ ਕੁਮਾਰ। ਸੰਦੀਪ ਜੀ, ਤੁਸੀਂ ਮੰਡੀ ਦੇ ਵਿੱਚ ਆ ਰਹੇ ਹੋ, ਕੀ ਪਰੇਸ਼ਾਨੀ ਆ ਰਹੀ ਹੈ ਮੰਡੀ ਦੇ ਵਿੱਚ? ਸਾਨੂੰ 4-5 ਦਿਨ ਹੋ ਗਏ ਖੜਿਆਂ ਨੂੰ, ਇੱਥੇ ਵੜਦਾਨਾ ਹੈ ਨਹੀਂ ਹੈ। ਜਿਹੜੇ ਮਤਲਬ ਆੜ੍ਹਤੀ ਹੈ ਉਹ ਕਹਿੰਦੇ ਵੀ ਸਾਨੂੰ ਪਿੱਛੇ ਦੇ ਸਰਕਾਰ ਵੱਲੋਂ ਵੜਦਾਨਾ ਨਹੀਂ ਆ ਰਿਹਾ ਅਤੇ ਅਸੀਂ ਭਰੀਏ ਕਿੱਦਾਂ, ਅਤੇ ਸਾਨੂੰ ਅੱਜ 4-5 ਦਿਨ ਹੋ ਗਏ ਇੱਥੇ ਮੰਡੀਆਂ ਵਿੱਚ ਬੈਠੇ ਨੂੰ ਅਤੇ ਵੜਦਾਨਾ ਹੈ ਨਹੀਂ ਹੈ, ਸਰਕਾਰ ਭੇਜ ਨਹੀਂ ਰਹੀ, ਠੀਕ ਹੈ, ਇਸ ਕਰਕੇ ਸਾਡਾ ਮਾਲ ਨਹੀਂ ਵਿਕਿਆ ਕਰਦਾ ਜੀ। ਅਤੇ ਫਿਰ ਕਿਸ ਤਰ੍ਹਾਂ ਦੇ ਹਾਲਾਤ ਹੋ ਗਏ, ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਹੁਣ? ਇਹ ਪਰੇਸ਼ਾਨੀ ਹੋਈ ਹੈ ਸਾਨੂੰ ਮਾਲ ਦੀ ਰਾਖੀ ਕਰਨੀ ਪਿਆ ਕਰਦੀ ਮੰਡੀਆਂ 'ਚ ਬੈਠ ਕੇ, 4-5 ਦਿਨ ਹੋ ਗਏ ਸਾਨੂੰ ਅੱਜ ਇੱਥੇ ਬੈਠਿਆਂ ਨੂੰ, ਠੀਕ ਹੈ, ਠੀਕ ਹੈ ਨਾ ਜੀ। ਅਤੇ ਆੜ੍ਹਤੀ, ਜਿਹੜੇ ਆੜ੍ਹਤੀ ਆ ਉਹ ਤੁਹਾਨੂੰ ਕੋਈ ਆਸ਼ਵਾਸਨ ਦੇ ਰਹੇ ਕਿ ਵਾਰਦਾਨਾ ਆਏਗਾ ਜਾਂ ਨਹੀਂ ਆਏਗਾ ਜੀ? ਕੁਛ ਮਨਾ ਕਰ ਰਹੇ ਹੈ ਜੀ, ਕਹਿੰਦੇ ਹਜੇ ਤੱਕ ਤਾਂ ਕੋਈ ਪਤਾ ਨਹੀਂ ਹੈ ਵੀ ਆਊਂਗਾ ਕਿ ਨਹੀਂ ਆਊਂਗਾ ਜੀ, ਠੀਕ ਹੈ। ਅਤੇ ਕਿਸਾਨ ਦੀ ਫਸਲ ਕਿੱਥੇ ਜਾਏਗੀ, ਕੌਣ ਖਰੀਦੇਗਾ ਫਿਰ? ਇਹ ਹੁਣ ਸਾਨੂੰ ਆਪ ਨੂੰ ਨਹੀਂ ਪਤਾ, ਅਸੀਂ ਆਪ ਪਰੇਸ਼ਾਨ ਹੋਏ ਵੀ ਜੀ ਵੀ ਕਿੱਥੇ ਲੈ ਕੇ ਜਾਈਏ ਫਸਲ ਨੂੰ ਜੀ, ਤਾਂ ਮੰਡੀ ਤੱਕ ਲੈ ਕੇ ਆ ਸਕਦੇ ਤੇ ਜੀ ਵੱਢ ਗਏ ਜੀ, ਅਤੇ ਹੁਣ ਮੰਡੀ ਦੇ ਵਿੱਚ ਨਹੀਂ ਖਰੀਦਿਆ ਕਰਦੇ ਤਾਂ ਅਸੀਂ ਹੋਰ ਕਿੱਥੇ ਜਾ ਸਕਦੇ ਜੀ? ਫਿਰ ਕਿਹੜੇ ਹਾਲਾਤ ਬਣ ਗਏ, ਕੀ ਮਜਬੂਰੀ ਹੋ ਗਈ ਹੈ ਤੁਹਾਡੀ ਹੁਣ? ਮਜਬੂਰੀ ਤਾਂ ਹੁਣ ਬਹੁਤ ਮਾੜੀ ਹੈ, ਸਾਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕਿਆ ਕਰੀਏ, ਕਿੱਥੇ ਮਾਲ ਨੂੰ ਲੈ ਕੇ ਜਾਈਏ। ਕਿਆ ਖੇਤੀ ਹੈ ਜਿਹੜੀ ਅਸੀਂ ਗੱਲ ਕਰੀਏ ਪ੍ਰੋਫਿਟ ਦਾ ਸੌਦਾ ਰਹਿ ਗਿਆ ਕਿ ਹੁਣ ਲੋਸ ਦਾ ਸੌਦਾ ਹੋ ਗਿਆ? ਇਹ ਲੋਸ ਦਾ ਜੀ, ਜਿਹੜੇ ਕਿਸਾਨ ਆਤਮ ਹੱਤਿਆ ਕਰਦੇ ਤਾਂ ਹੀ ਕਰਦੇ, ਜਦੋਂ ਫਸਲ ਤਿਆਰ ਹੁੰਦੀ 6 ਮਹੀਨੇ ਅਸੀਂ ਪਾਲਦੇ ਪੁੱਤਾਵਾਂ ਕਰੋ ਫਸਲ ਨੂੰ, ਉਹ ਤੋਂ ਬਾਅਦ ਮੰਡੀਆਂ 'ਚ ਸਾਡਾ ਇਹ ਹਾਲ ਹੁੰਦਾ, ਫਿਰ ਅਸੀਂ ਕਿੱਥੇ ਨੂੰ ਜਾਣਾ ਜੀ? ਪਹਿਲੇ ਹੀ ਰੇਟ ਨਹੀਂ ਮਿਲਦੇ ਸਾਨੂੰ ਪੂਰੇ ਜੀ, ਠੀਕ ਹੈ ਨਾ ਜੀ। ਅਤੇ ਉਹਦੇ ਬਾਅਦ 5-5 ਦਿਨ ਸਾਨੂੰ ਇੱਥੇ ਬੈਠੇ ਨੂੰ ਹੋ ਗਏ ਅਗਲੀ ਫਸਲ ਦੀ ਤਿਆਰੀ ਕਰਨੀ, ਅਸੀਂ ਤਾਂ ਆਪ ਬਰਬਾਦ ਹੋਏ ਵੀ ਜੀ, ਇੱਥੇ ਮਤਲਬ ਮਾਲ ਜਿਹੜਾ ਸਾਡਾ ਬੇਕਾਰ ਹੋ ਰਿਹਾ ਜੀ, ਰੁਲ ਰਿਹਾ ਜੀ। ਬਿਲਕੁਲ, ਕਿਸਾਨ ਹੈ ਉਸਦੀ ਫਸਲ ਮੰਡੀਆਂ ਦੇ ਵਿੱਚ ਰੁਲ ਰਹੀ ਹੈ। ਜਾਣਨਾ ਚਾਹਾਂਗੇ ਤੁਹਾਡਾ ਕੀ ਨਾਮ ਹੈ ਜੀ? ਸੁਸ਼ੀਲ ਕੁਮਾਰ ਜੀ। ਸੁਸ਼ੀਲ ਜੀ, ਕੀ ਪਰੇਸ਼ਾਨੀ ਹੈ ਤੁਹਾਨੂੰ ਆ ਰਹੀ ਹੈ? ਪਰੇਸ਼ਾਨੀ ਤਾਂ ਬਹੁਤ ਬੜੀ ਹੈ ਜੀ, ਕਿਉਂਕਿ 4 ਦਿਨ ਹੋ ਗਏ ਇੱਥੇ ਟਰਾਲੀ ਲੱਗੀ ਨੂੰ ਜੀ, ਅਤੇ ਮਾਲ ਚੱਕ ਨਹੀਂ ਹੋ ਰਿਹਾ ਜੀ। ਕੀ ਕਹਿੰਦੇ ਆ ਤੁਹਾਨੂੰ? ਮਾਲ ਉਹ ਕਹਿੰਦੇ ਵਾਰਦਾਨਾ ਹੈ ਨਹੀਂ ਜੀ, ਗੌਰਮੈਂਟ ਮਾਲ ਵਾਰਦਾਨਾ ਨਹੀਂ ਵਾਪਸ ਦੇ ਰਹੀ ਇਹਨਾਂ ਨੂੰ, ਅਤੇ ਅਸੀਂ ਬੋਰੀਆਂ ਕਿੱਥੋਂ ਲਿਆਈਏ ਜੀ? ਜੇ ਵਾਰਦਾਨਾ ਨਹੀਂ ਮਿਲੇਗਾ ਤਾਂ ਤੁਹਾਡੀ ਫਸਲ ਦਾ ਕੀ ਬਣੇਗਾ ਜੀ? ਸਾਡੀ ਫਸਲ ਦਾ ਕੁਛ ਨਹੀਂ ਹੋ ਸਕਦਾ ਜੀ, ਇਹ ਤਾਂ ਪਹਿਲੇ ਜ਼ਿਮੀਦਾਰ ਮਰਿਆ ਵਾ, ਰਹਿੰਦਾ ਹੁੰਦਾ ਹੁਣ ਮਰ ਜਾਊਗਾ ਜੀ। ਠੀਕ ਹੈ, ਅਤੇ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰਾਂ ਨੂੰ? ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਜਿੰਨੀ ਤੇ ਛੇਤੀ ਹੋ ਸਕਦਾ ਜ਼ਿਮੀਦਾਰਾਂ ਨੂੰ ਵਿਛਾ ਲਓ ਜੀ। ਜੀ ਬਿਲਕੁਲ, ਤੁਹਾਡਾ ਕੀ ਨਾਂ ਹੈ ਭਾਅ ਜੀ? ਜਗਤਾਰ ਸਿੰਘ। ਜਗਤਾਰ ਜੀ, ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ ਮੰਡੀ? ਸਾਡੀ ਪਰੇਸ਼ਾਨੀ ਇਹੀ ਹੈ ਜੀ, ਸਾਨੂੰ 4-5 ਦਿਨ ਹੋ ਗਏ ਜੀ ਟਰਾਲੀ ਲੈ ਕੇ ਖੜਿਆਂ ਨੂੰ। ਅੱਛਾ ਜੀ। ਅਤੇ ਸਾਡੀ ਵਿਕ ਨਹੀਂ ਰਹੀ ਹੈ, ਉਹ ਕਹਿੰਦੇ ਵਾਰਦਾਨਾ ਨਹੀਂ ਹੈ। ਅਤੇ ਕੀ ਕਰੋਗੇ ਤੁਸੀਂ ਹੁਣ? ਅਸੀਂ ਇਹੀ ਕਹਿੰਦੇ ਵੀ ਸਾਨੂੰ ਇਹ ਹੈ ਵੀ ਵਾਰਦਾਨਾ ਮਿਲੇ ਤਾਂ ਗੌਰਮੈਂਟ ਨੂੰ ਇਹੀ ਕਹਿ ਰਹੇ ਹੈ ਵੀ ਤਾਂ ਅਸੀਂ ਭਰ ਦਈਏ ਜੀ। ਬਿਲਕੁਲ, ਪਰੇਸ਼ਾਨੀ ਜ਼ਰੂਰ ਹੈ ਕਿਸਾਨਾਂ ਨੂੰ ਜੀ, ਕਿਉਂ ਅਸੀਂ ਪੈਸੇ ਚੱਕੇ ਵੇ ਆ ਜੀ, ਉਹ ਕਿਸ ਤਰ੍ਹਾਂ ਮੋੜ ਸਕਾਂਗੇ ਜੀ? ਕਰਜ਼ਾ ਚੱਕ ਕੇ ਅਸੀਂ ਫਸਲ ਬੀਜੀ ਹੈ ਹੁਣ, ਉਹ ਮਤਲਬ ਅਸੀਂ ਤਾਂ ਹੀ ਠੇਕੇ 'ਤੇ ਜ਼ਮੀਨ ਹੈ ਤੁਹਾਡੀ? ਠੇਕੇ 'ਤੇ ਹੈ ਜੀ।
ਤੇ ਠੇਕੇ ਤੇ ਜ਼ਮੀਨ ਲਈ ਉਹ ਪੈਸੇ ਮੰਗ ਰਹੇ ਫਿਰ? ਉਹ ਪੈਸੇ ਮੰਗ ਰਹੇ ਆ ਜੀ, ਹੁਣ ਅੱਗੇ ਵਿਕ ਨਹੀਂ ਰਹੇ ਜੀ ਤਾਂ ਅਸੀਂ ਫਿਰ ਕਿਆ ਕਰ ਸਕਦੇ ਜੀ? ਜੀ ਬਿਲਕੁਲ, ਕਿਸਾਨ ਹੈ ਉਹਦੀ ਮਜਬੂਰੀ ਹੈ, ਠੇਕੇ ਤੇ ਜ਼ਮੀਨ ਲਈ ਹੋਈ ਹੈ, ਠੇਕੇਦਾਰ ਜਿੱਥੋਂ ਜ਼ਮੀਨ ਲਈ ਆ ਉਹ ਵੀ ਪੈਸਾ ਇਹਦੀ ਡਿਮਾਂਡ ਕਰ ਰਿਹਾ। ਕੀ ਨਾਮ ਹੈ ਭਾਜੀ ਤੁਹਾਡਾ? ਸਵਰਨ ਸਿੰਘ ਜੀ। ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ ਜੀ? ਪਰੇਸ਼ਾਨੀ ਆ ਜੀ, ਮੰਡੀ ਵਿੱਚ ਮਾਲ ਜਿਸ ਤਰ੍ਹਾਂ ਰੁਲਿਆ ਕਰਦਾ, ਹੋਰ ਕੰਮ ਕਰਨ ਵਾਲੇ ਮਜ਼ਦੂਰ ਵਿਹਲੇ ਬੈਠੇ, 4-5 ਦਿਨ ਹੋ ਗਏ, ਖਾਣਾ ਖਾਣ ਤੇ ਔਖੇ, ਤੇ ਬੜੀ ਔਖੀ ਹੋਈ ਹੈ ਉਹਦੀ ਤਰ੍ਹਾਂ। ਹੋਰ ਹਾਲਾਤ ਕਿਸ ਤਰ੍ਹਾਂ ਦੇ? ਹਾਲਾਤ ਮਾੜੇ ਹੀ ਇਸ ਤਰ੍ਹਾਂ ਦੇ, ਹੋਰ ਇਸ ਤਰ੍ਹਾਂ ਕਿਆ ਹਾਲਾਤ? ਬਿਲਕੁਲ, ਤੁਹਾਡਾ ਕੀ ਨਾਮ ਹੈ ਜੀ? ਧਰਮਪਾਲ ਜੀ। ਧਰਮਪਾਲ ਜੀ, ਕੀ ਪਰੇਸ਼ਾਨੀ ਮੰਡੀ 'ਚ? ਪਰੇਸ਼ਾਨੀ ਸਾਡਾ ਮਾਲ ਨਹੀਂ ਵਿਕ ਰਿਹਾ ਜੀ। ਅੱਛਾ ਜੀ, ਕੀ ਕਹਿੰਦੇ ਆ? ਕਹਿਣਾ ਗਿਆ ਜੀ, ਇਹ ਤਾਂ 5 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ। ਅੱਛਾ ਜੀ। ਹਾਂਜੀ, ਅੱਜ ਲੋਕਾਂ ਦਾ ਜ਼ਮੀਨਾਂ ਠੇਕੇ ਦੇ ਜੀ ਸਾਡੀਆਂ, ਉਹ ਪੈਸੇ ਮੰਗ ਰਹੇ ਆ, ਕਿੱਥੇ ਤੋਂ ਦੇਣਗੇ? ਜਾਂ ਗੌਰਮੈਂਟ ਮਾਲ ਹੀ ਨਹੀਂ ਚੱਕੇਗੀ ਤਾਂ ਉਹਨਾਂ ਨੂੰ ਪੈਸੇ ਕਿੱਥੇ ਦੇਣ? ਜੀ ਬਿਲਕੁਲ, ਤੁਹਾਨੂੰ ਦੱਸ ਦਈਏ ਕਿ ਜੇ ਅਸੀਂ ਗੱਲ ਕਰੀਏ ਨੰਗਲ ਦੇ ਲਾਗੇ, ਜੇ ਉਹ ਕਿਸਾਨ ਨੇ, ਛੋਟੇ ਜ਼ਿਮੀਂਦਾਰ ਨੇ, ਜ਼ਿਆਦਾਤਰ ਜੋ ਕਿਸਾਨ ਹੈ ਉਹਨਾਂ ਨੇ ਠੇਕੇ ਉੱਤੇ ਜ਼ਮੀਨਾਂ ਲਈਆਂ ਨੇ ਅਤੇ ਠੇਕੇ ਉੱਤੇ ਜ਼ਮੀਨਾਂ ਲੈ ਕੇ ਉਹ ਜ਼ਿਮੀਂਦਾਰ ਕਰ ਰਹੇ ਨੇ, ਪਰ ਇਸ ਵੇਲੇ ਜੋ ਹਾਲਾਤ ਨੇ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲ ਰੁਲ ਰਹੀ ਹੈ। ਕਿਉਂ ਰੁਲ ਰਹੀ ਹੈ ਜੀ ਤੁਹਾਡੀ ਫਸਲ? ਮੁਲਖਰਾਜ ਜੀ, ਫਸਲ ਕਿਉਂ ਰੁਲ ਰਹੀ ਹੈ ਜੀ ਮੁਲਖਰਾਜ? 4-5 ਦਿਨ ਹੋ ਗਏ ਸਾਨੂੰ ਪਰੇਸ਼ਾਨ ਹੁੰਦੇ ਨੇ, ਮਾਲ ਥੱਲੇ ਢੇਰੀ ਦਿੱਤਾ ਵਾ ਜੀ। ਕੀ ਸੋਚਦੇ ਹੋ, ਕੀ ਚੱਲਦਾ ਦਿਮਾਗ 'ਚ ਫਿਰ ਤੁਹਾਡੇ? ਦਿਮਾਗ 'ਚ ਇਹ ਬਾਰਦਾਨਾ ਹੈ ਨਹੀਂ ਜੀ, ਆੜਤੀ ਕਹਿੰਦੇ ਜੀ ਸਾਡੇ ਪਾਸ, ਪਰੇਸ਼ਾਨੀ ਇਹ ਹੋ ਰਿਹਾ ਜੀ, ਆਉਣ ਜਾਣ ਦੀ ਦਿੱਕਤ ਪੈਂਦੀ। ਜੇ ਫਸਲ ਨਹੀਂ, ਫਸਲ ਤੁਹਾਡੀ ਨਹੀਂ ਖਰੀਦਦੇ ਫਿਰ ਕੀ ਕਰੋਗੇ ਤੁਸੀਂ? ਕਿਆ ਕਰੇ, ਪਰੇਸ਼ਾਨੀ ਹੋ ਰਹੀ ਜੇ ਦਿੱਕਤ ਪੈਸੇ ਦੇਣੇ ਜੀ, ਠੇਕੇ 'ਤੇ ਜ਼ਮੀਨ ਲਈ ਵੀ ਜੀ। ਹਾਂਜੀ ਠੀਕ ਹੈ, ਅਤੇ ਤੁਸੀਂ ਇਹਨਾਂ ਦੀ ਮਿਹਨਤ ਕਰ ਰਹੇ ਹੋ, ਤੁਸੀਂ ਰੱਖ ਲਓ, ਅਸੀਂ ਵੀ ਜਦੋਂ ਵਿਕੇਗੀ ਉਦੋਂ ਪੈਸੇ ਦੇ ਦਿਓ, ਇਸ ਤਰ੍ਹਾਂ ਵੀ ਕਰ ਰਹੇ ਹੋ ਗੱਲ ਕੋਈ? ਨਹੀਂ ਨਹੀਂ, ਇੱਦਾਂ ਥੋੜ੍ਹਾ ਜੀ, ਇੱਦਾਂ ਨਹੀਂ। ਹਾਂਜੀ ਹਾਂਜੀ। ਕੀ ਨਾਮ ਹੈ ਭਾਜੀ ਤੁਹਾਡਾ? ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਬਲਵੀਰ ਜੀ, ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ? ਭਾਜੀ ਗੱਲ ਹੈਗੀ ਜੀ ਇੱਦਾਂ, ਜਦੋਂ ਅਸੀਂ ਸਾਨੂੰ ਜੀ 7 ਦਿਨ ਹੋ ਗਏ ਜੀ ਇੱਥੇ ਮੰਡੀ 'ਚ ਆਉਂਦਿਆਂ ਨੂੰ, ਦਿਨ ਰਾਤ ਇੱਥੇ ਰਹਿੰਦੇ ਆ ਜੀ, ਅਤੇ ਆਪਣਾ ਖਾਣ ਦਾ ਵੀ ਥੋੜ੍ਹਾ ਬੰਦੋਬਸਤ, ਜੇ ਘਰ ਦਾ ਵੀ ਰੋਟੀ ਰੋਟੀ ਖਾਣ ਨੂੰ ਜਾਣਾ ਪੈਂਦਾ ਜੀ ਕਈ ਵਾਰ ਤਾਂ ਜੀ, ਸਾਡੀ ਫਸਲ ਮੰਡੀ 'ਚ ਰੁਲ ਰਹੀ ਆ ਜੀ, ਅਤੇ ਅਸੀਂ ਆੜਤੀਆਂ ਨੂੰ ਕਹਿੰਦੇ ਵੀ ਭਾਜੀ ਸਾਡੀ ਫਸਲ ਭਰ ਲਓ ਜੀ, ਅਤੇ ਆੜਤੀ ਕਹਿੰਦੇ ਵੀ ਸਾਨੂੰ ਸਾਡੇ ਕੋਲ ਬਾਰਦਾਨਾ ਨਹੀਂ ਆ ਜੀ, ਅਤੇ ਵਿੱਚ ਕਹਿ ਵੀ ਰਹੇ, ਵਿੱਚ ਸਰਕਾਰ ਕਹਿੰਦੀ ਵੀ ਬਸ ਅਸੀਂ ਇਹੀ ਮਾਲ ਚੱਕਣਾ, ਅੱਗੇ ਨਹੀਂ ਚੱਕਣਾ ਜੀ, ਅਤੇ ਇਹਨਾਂ ਨੂੰ ਅਸੀਂ ਸਰਕਾਰ ਅੱਗੇ ਇਹੀ ਅਪੀਲ ਕਰਦੇ ਹਾਂ ਕਿ ਆੜਤੀਆਂ ਨੂੰ ਬਾਰਦਾਨਾ ਭੇਜਿਆ ਜਾਵੇ ਅਤੇ ਸਾਡੀ ਫਸਲ ਚੱਕੀ ਜਾਵੇ, ਸਾਡੀ ਫਸਲ ਦੇ ਜੇ ਚੱਕ ਹੋ ਗਈ ਤਾਂ ਸਾਡਾ ਕੁਛ ਬਣ ਜੂਗਾ ਜੀ, ਨਹੀਂ ਤਾਂ ਅਸੀਂ ਜਿਹੜੀ ਜ਼ਮੀਨਾਂ ਠੇਕੇ ਦੇ ਲਈਆਂ ਜੀ ਅਸੀਂ ਉਹ ਪੈਸੇ ਦੇਣੇ, ਅਤੇ ਬਾਕੀ ਅਸੀਂ ਖਾਦਾਂ ਮਿੱਟੀਆਂ ਲੈਣ ਲਈ ਜੀ, ਅਤੇ ਉਹ ਆਪਣਾ ਆੜਤੀਆਂ ਦੇ ਪੈਸੇ ਲੈ ਗਾ ਜੀ, ਲਏ ਸੀਗੇ ਅਸੀਂ ਉਹਨੂੰ ਖੇਤਾਂ ਬੀਜਾਂ ਨੂੰ ਆਪਣੀ ਫਸਲ ਤਿਆਰ ਕਰਨ ਵਾਸਤੇ ਜੀ, ਅਤੇ ਉਹ ਸਾਨੂੰ ਇਹਦੀ ਵੀ ਪਰੇਸ਼ਾਨੀ ਆ ਜੀ, ਅਸੀਂ ਕਿੱਦਾਂ ਵਾਪਸ ਕਰੂੰਗੇ ਜੀ ਜੇਕਰ ਸਾਡਾ ਮਾਲ ਨਾ ਚੱਕਿਆ ਗਿਆ ਜੀ? ਬਿਲਕੁਲ, ਜੋ ਕਣਕ ਦੀ ਪੈਦਾਵਾਰ, ਕਣਕ ਦੀ ਖੇਤੀ ਹੈ, ਬਿਜਾਈ ਹੈ, ਉਹ ਵੀ ਕੁਛ ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਹੈ, ਜੇ ਇਸੇ ਤਰ੍ਹਾਂ ਤੁਹਾਡੀ ਨਹੀਂ ਵਿਕਦੀ ਹੈ ਫਿਰ ਕਣਕ ਦੀ ਬਿਜਾਈ ਕਿਵੇਂ ਕਰੋਗੇ ਤੁਸੀਂ ਫਿਰ? ਦੇਖੋ ਜੀ, ਕਣਕ ਦੀ ਬਿਜਾਈ ਦਾ ਤਾਂ ਫਿਰ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ, ਜੇ ਫਿਰ ਅਸੀਂ ਸਾਡੀ ਜੇ ਹੁਣ ਧਾਨਾਂ ਦੀ ਫਸਲ ਇੱਦਾਂ ਰੁਲਦੀ ਆ ਜੀ, ਅੱਗੇ ਫਿਰ ਕਣਕ ਦੀ ਵੀ ਇਸੇ ਤਰ੍ਹਾਂ ਨਾਲ ਰੁਲਣਗੀ ਜੀ, ਫਿਰ ਤਾਂ ਸਾਡਾ ਜੀ ਜਮੇ ਹਾਲਤ ਖਰਾਬ ਹੋਣੀ ਜੀ ਕਿਸਾਨਾਂ ਦੀ। ਜੀ ਬਿਲਕੁਲ, ਜਾਣਨਾ ਚਾਹਾਂਗੇ ਕਿਸਾਨਾਂ ਦੀ ਫਸਲ ਮੰਡੀਆਂ 'ਚ ਰੁਲ ਰਹੀ ਹੈ ਜੀ, ਤੁਸੀਂ ਵੀ ਇੱਕ ਜ਼ਿਮੀਂਦਾਰ ਹੋ, ਆਪਣੀ ਫਸਲ ਲੈ ਕੇ ਆਏ ਹੋ, ਕਦੋਂ ਤੋਂ ਲੈ ਕੇ ਆ ਰਹੇ ਹੋ, ਕਿੰਨੇ ਦਿਨ ਤੁਹਾਨੂੰ ਹੋ ਗਿਆ ਪਰੇਸ਼ਾਨ ਹੁੰਦਿਆਂ ਨੂੰ ਜੀ? ਅਸ਼ਵਨੀ ਕੁਮਾਰ ਮੇਰਾ ਨਾਂ ਜੀ, ਭਨੁੱਪੜੀ ਦਾ ਸਾਬਕਾ ਸਰਪੰਚ ਹੈ। ਮੈਂ ਤਕਰੀਬਨ 5-6 ਸਾਲ ਤੋਂ ਇਸ ਮੰਡੀ 'ਚ ਆ ਰਿਹਾ ਜੀ, ਅਤੇ ਹੁਣ ਮੈਂ ਤਕਰੀਬਨ ਹਫ਼ਤੇ ਤੋਂ ਆ ਰਿਹਾ ਜੀ, ਰੋਜ਼ ਸਵੇਰੇ ਟਰਾਲਾ ਲਿਆਈਦਾ, ਸ਼ਾਮ ਨੂੰ ਵਾਪਸ ਲੈ ਜਾਈਦਾ, ਬਾਰਦਾਨਾ ਹੈ ਨਹੀਂ, ਅਤੇ ਅੱਗੇ ਖੇਤ ਤਿਆਰ ਕਰਨੇ, ਕਣਕਾਂ ਬੀਜਣੀਆਂ, ਡਾਏ ਨੂੰ ਸੁਸਾਇਟੀਆਂ ਦੇ ਪੈਸੇ ਦੇਣੇ, ਅਤੇ ਬੜਾ ਬੁਰਾ ਹਾਲ ਹੈ ਜੀ, ਅਤੇ ਮਾਲ ਚੁੱਕਿਆ ਨਹੀਂ ਜਾ ਰਿਹਾ, ਸਰਕਾਰ ਦੇਖਦੀ ਆ ਹੁਣ ਕੌਣ ਭਰਦਾ ਕੌਣ ਨਹੀਂ ਭਰਦਾ। ਅੱਜ ਦੁਪਹਿਰੋਂ ਮੈਨੂੰ ਪਤਾ ਲੱਗਿਆ ਵੀ DC ਨੇ ਔਡਰ ਕਰਤੇ ਵੀ ਖਰੀਦ ਬੰਦ ਕਰ ਦਿੱਤੀ ਜਾਏ, ਕਿਆ ਕਾਰਨ ਹੈ? ਕਿਹਨੇ ਦੱਸਿਆ ਤੁਹਾਨੂੰ ਖਰੀਦ ਬੰਦ ਕਰ? ਉਹ ਘੁੰਮ ਰਹੇ ਸੀ, ਉਹ GOG ਕਿਆ ਹੁੰਦੇ,
ਅੱਛਾ ਜੀ। ਹਾਂ ਵੀ ਚਿੱਠੀ ਪਤਾ ਨਹੀਂ ਕੱਢਿਆ ਆਰਡਰ ਡੀ ਸੀ ਨੇ, ਹੁਣ ਸੱਚ ਕਹਿ ਰਹੇ ਸੀ ਜਾਂ ਝੂਠ ਕਹਿ ਰਹੇ ਸੀ। ਜਦੋਂ ਤੁਹਾਨੂੰ ਇਹ ਪਤਾ ਲੱਗਿਆ ਵੀ ਜੇ ਬੰਦ ਕਰ ਦਿੱਤੀ ਜਾਵੇ ਫਿਰ ਕਿਸ ਤਰ੍ਹਾਂ ਹੋਏਗਾ, ਫਿਰ ਕਿੱਦਾਂ? ਫਿਰ ਇਹ ਅੱਲਾ ਹੀ ਵਿਹਲੀ ਹੈ ਜੀ, ਕੌਣ ਖਰੀਦੇਗਾ ਕੌਣ ਨਹੀਂ ਖਰੀਦੇਗਾ। ਹਾਂਜੀ, ਫਿਰ ਤਾਂ ਜ਼ਿਮੀਂਦਾਰ ਬਿਲਕੁਲ ਹੀ ਰੁਲ ਜਾਏਗਾ। ਇਸ ਸੰਬੰਧ ਵਿੱਚ ਜੋ ਆੜਤੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ, ਆੜਤੀ ਕੀ ਕਹਿ ਰਿਹਾ ਤੁਹਾਨੂੰ ਫਿਰ? ਨਹੀਂ, ਆੜਤੀ ਤੋਂ ਪੁੱਛਿਆ, ਉਹ ਕਹਿੰਦੇ ਸਾਡੀ ਨੌਲੇਜ ਤਾਂ ਕੋਈ ਇਹੋ ਜਿਹੀ ਗੱਲ ਹੈ ਨਹੀਂ, ਅਤੇ ਹੁਣ ਸਾਨੂੰ ਕੋਈ ਇੰਸਟਰਕਸ਼ਨ ਆਏਗੀ ਤਾਂ ਫਿਰ ਅਸੀਂ ਦੱਸਾਂਗੇ ਤੁਹਾਨੂੰ। ਬਾਕੀ ਬਾਰਦਾਨੇ ਦਾ ਵੀ ਪਤਾ ਨਹੀਂ, ਅੱਜ ਆਉਂਦਾ ਕੱਲ੍ਹ ਆਉਂਦਾ ਰੋਜ਼ ਇਸ ਤਰ੍ਹਾਂ ਹੋ ਰਿਹਾ ਹੈ। ਤੁਸੀਂ ਤਾਂ ਡਿਪੈਂਡ ਹੋ ਜੀ ਆੜਤੀਆਂ 'ਤੇ। ਹਾਂਜੀ, ਆੜਤੀਆਂ ਨੂੰ ਤੁਸੀਂ ਪੁੱਛਿਆ ਬਾਰਦਾਨਾ ਕਦੋਂ ਆਏਗਾ, ਉਹਨਾਂ ਦੀ ਜੋ ਮੌਜੂਦਾ ਅਫਸਰ ਹੈ ਉਹਨਾਂ ਨਾਲ ਵੀ ਗੱਲਬਾਤ ਹੋਈ ਹੋਣੀ ਹੈ ਜੀ, ਉਹਨੇ ਵੀ ਦੱਸਿਆ ਇਹਦੇ ਬਾਰੇ ਕੁਛ? ਨਹੀਂ, ਉਹ ਬਸ ਇਹੋ ਜਿਹੀ ਹੋਊਗਾ, ਅੱਜ ਆ ਜਾਣਾ ਕੱਲ੍ਹ ਆ ਜਾਣਾ ਜੀ, ਐਸ ਡੀ ਐਮ ਸਾਹਿਬ ਨਾਲ ਗੱਲ ਹੋਈ, ਸਾਡੀ ਡੀ ਐਮ ਸਾਹਿਬ ਨਾਲ ਗੱਲ ਹੋਈ, ਆ ਜਾਏਗਾ। ਤੁਰ ਪਿਆ ਵਾ ਜੀ, ਹੁਣ ਪੁੱਜਿਆ, ਥੱਕਿਆ ਹੋਣੀ ਹੈ। ਕਿੰਨੇ ਦਿਨ ਦਾ ਤੁਰ ਪਿਆ ਵਾ ਜੀ? ਅਸੀਂ ਹਫ਼ਤੇ 'ਤੇ ਆ ਰਹੇ ਜੀ, ਰੋਜ਼ ਇਹੀ ਗੱਲ ਸੁਣਦੇ ਆ ਰਹੇ ਹੈ। ਸਵੇਰੇ ਆਈ ਜਾਂਦਾ 6 ਵਜੇ ਟਰਾਲਾ ਲੈ ਕੇ, ਸ਼ਾਮ ਨੂੰ 7 ਵਜੇ ਲੈ ਜੀ ਦਾ, ਜੇ ਢੇਰੀ ਲਾਈਏ ਇੱਥੇ ਆਵਾਜ਼ ਪਸ਼ੂ ਨਹੀਂ ਛੱਡਦੇ, ਮੰਜੀ ਢਾ ਗਿਆ ਉਹਨਾਂ ਦੀ ਰਾਖੀ ਕਰੋ, ਠੀਕ ਹੈ, ਇਸ ਕਰਕੇ ਘਰੇ ਲੈ ਜਾਈਦਾ ਜੀ। ਜੇ ਟੋਟਲੀ ਗੱਲ ਮੁੱਕਦੀ ਹੈ ਜੀ, ਇਸ ਵੇਲੇ ਕਿਸਾਨ ਪਰੇਸ਼ਾਨ ਹੈ ਜੀ? ਪਰੇਸ਼ਾਨ ਕਿਆ ਜੀ, ਬਿਲਕੁਲ ਕਿਸਾਨੀ ਖਤਮ ਕਰ ਦੇਣੀ ਸਰਕਾਰ ਨੇ ਜੇ ਹੋਈ ਹਾਰ ਰਿਹਾ ਜੀ। ਬਿਲਕੁਲ, ਕਿਸਾਨ ਪਰੇਸ਼ਾਨ ਹੈ ਅਤੇ ਕਿਸਾਨਾਂ ਦਾ ਕਹਿਣਾ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਤਾਂ ਕਿਸਾਨੀ ਖਤਮ ਹੋ ਜਾਏਗੀ, ਕਿਸਾਨੀ ਖਤਮ ਹੋਣ ਦੇ ਕਗਾਰ 'ਤੇ ਆ ਚੁੱਕੀ ਹੈ ਇਸ ਵੇਲੇ। ਤੁਹਾਨੂੰ ਇੱਕ ਤਸਵੀਰਾਂ ਵੀ ਸਾਂਝੀਆਂ ਕਰਾਂਗੇ, ਤੁਸੀਂ ਇਸ ਵੇਲੇ ਦੇਖ ਸਕਦੇ ਹੋ ਮੰਡੀ ਦੀ ਅਜੋਲੀ। ਮੰਡੀ ਦੇ ਵਿੱਚ ਅਸੀਂ ਮੌਜੂਦ ਹਾਂ, ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਛੋਟੀ ਮੰਡੀ ਹੈ, ਛੋਟੇ ਕਿਸਾਨ ਹੈ, ਛੋਟੇ ਜ਼ਿਮੀਂਦਾਰ ਹੈ ਇਸ ਜਗ੍ਹਾ 'ਤੇ। ਤੁਸੀਂ ਵੇਖ ਸਕਦੇ ਹੋ ਟਰਾਲੀਆਂ ਲੈ ਕੇ ਆਪਣੀਆਂ ਮੰਡੀ ਦੇ ਵਿੱਚ ਆ ਚੁੱਕੇ ਨੇ। ਸਵੇਰੇ 6 ਵਜੇ ਜੋ ਕਿਸਾਨ ਹੈ ਮੰਡੀਆਂ ਦੇ ਵਿੱਚ ਆ ਜਾਂਦੇ ਨੇ, ਅਤੇ ਸ਼ਾਮ ਨੂੰ ਜਦੋਂ ਉਹਨਾਂ ਦੀ ਲਿਫਟਿੰਗ ਨਹੀਂ ਹੁੰਦੀ, ਧਾਨ ਦੀ ਲਿਫਟਿੰਗ ਨਹੀਂ ਹੁੰਦੀ ਹੈ, ਤਾਂ ਉਸ ਤੋਂ ਬਾਅਦ ਕਿਸਾਨ ਮਜਬੂਰ ਹੋ ਜਾਂਦਾ ਹੈ, ਦਿਨ ਭਰ ਆਪਣੀ ਫਸਲ ਦੀ ਰਾਖੀ ਕਰਦਾ ਹੈ ਮੰਡੀ ਦੇ ਵਿੱਚ, ਅਤੇ ਉਸ ਤੋਂ ਬਾਅਦ ਆਪਣੀ ਜੋ ਫਸਲ ਹੈ ਉਸ ਨੂੰ ਵਾਪਸ ਆਪਣੇ ਘਰ ਲੈ ਜਾਂਦਾ। ਤੁਸੀਂ ਵੇਖ ਸਕਦੇ ਹੋ ਜੋ ਮੰਡੀ ਦੇ ਵਿੱਚ ਲੇਬਰ ਹੈ ਬਿਲਕੁਲ ਉਹ ਵੀ ਫ੍ਰੀ ਬੈਠੀ ਹੋਈ ਹੈ, ਬਾਰਦਾਨਾ ਮੰਡੀ ਦੇ ਵਿੱਚ ਨਹੀਂ ਹੈ। ਜੇ ਕੁਛ ਬਾਰਦਾਨਾ ਦੇਖਣ ਨੂੰ ਮਿਲ ਰਿਹਾ ਤਾਂ ਇਹ ਨਿੱਜੀ ਬਾਰਦਾਨਾ ਅਸੀਂ ਕਹਿ ਸਕਦੇ ਹਾਂ, ਨਿੱਜੀ ਬਾਰਦਾਨੇ ਦੇ ਵਿੱਚ ਕੁਛ ਮਾਲ ਜ਼ਰੂਰ ਭਰਿਆ ਹੋਇਆ, ਪਰ ਇਸ ਵੇਲੇ ਜੋ ਲੇਬਰ ਹੈ ਉਹ ਵੀ ਵਿਹਲੀ ਬੈਠੀ ਹੋਈ ਹੈ, ਆੜਤੀ ਵਿਹਲੇ ਬੈਠੇ ਨੇ, ਅਤੇ ਜੋ ਕਿਸਾਨ ਹੈ ਉਹ ਵੀ ਇਸ ਸਮੇਂ ਪਰੇਸ਼ਾਨ ਹੈ। ਫਿਲਹਾਲ ਪ੍ਰਸ਼ਾਸਨ ਨੂੰ ਜ਼ਰੂਰਤ ਹੈ ਕਿ ਇਸ ਸਮੇਂ ਕਿਸਾਨਾਂ ਦੀ ਬਾਂਹ ਫੜੇ, ਸਰਕਾਰ ਨੂੰ ਜ਼ਰੂਰਤ ਹੈ ਕਿਸਾਨਾਂ ਦੀ ਬਾਂਹ ਫੜੇ, ਅਤੇ ਉਹਨਾਂ ਦਾ ਜੋ ਝੋਨਾ ਹੈ ਉਸਦੀ ਲਿਫਟਿੰਗ ਜ਼ਰੂਰ ਹੋ ਸਕੇ। ਇਸ ਸੰਬੰਧ ਦੇ ਵਿੱਚ ਅਸੀਂ ਜੋ ਪ੍ਰਸ਼ਾਸਨ ਹੈ ਡੀ ਸੀ ਮੈਡਮ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮਾਮਲੇ ਉੱਤੇ ਡੀ ਸੀ ਮੈਡਮ ਦਾ ਕੀ ਕਹਿਣਾ ਹੈ, ਬਾਰਦਾਨਾ ਕਦੋਂ ਆਏਗਾ, ਕਦੋਂ ਜੋ ਕਿਸਾਨ ਹੈ ਉਹਨਾਂ ਦਾ ਜੋ ਫਸਲ ਹੈ ਧਾਨ ਹੈ ਉਸਦੀ ਲਿਫਟਿੰਗ ਸ਼ੁਰੂ ਹੋਏਗੀ, ਕਦੋਂ ਉਹਨਾਂ ਨੂੰ ਪੈਸਾ ਮਿਲੇਗਾ, ਅਤੇ ਕਦੋਂ ਕਣਕ ਦੀ ਬਿਜਾਈ ਕਿਸਾਨ ਕਰਨਗੇ। ਬੜੇ ਮੁੱਦੇ ਨੇ, ਗੱਲ ਕਰਾਂਗੇ ਮੈਡਮ ਡੀ ਸੀ ਨਾਲ। ਫਿਲਹਾਲ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ, ਪੰਜਾਬ TV ਨੰਗਲ। ਜਾਣਨਾ ਚਾਹਾਂਗੇ ਕਿ ਮੰਡੀਆਂ ਦੇ ਵਿੱਚ ਬਾਰਦਾਨਾ ਕਿਉਂ ਨਹੀਂ ਜੀ ਆ ਰਿਹਾ? ਇੱਥੇ ਸਰ ਪਤਾ ਕਿਆ ਚੱਕਰ ਹੈ ਜੀ, ਜਿਹੜਾ ਗੌਰਮੈਂਟ ਦੇਣਾ ਨੀ 30% ਹੈ ਜੀ ਨਿਆ ਬਾਰਦਾਨਾ ਜੀ, 70% ਹੈਗਾ ਜੀ ਮਿਲਰ ਦਾ ਜੀ, ਤੇ ਉਹ ਬਾਕੀ ਮਿਲਰ ਦੇਗਾ ਜੀ ਬਾਰਦਾਨਾ, ਤੇ ਆ ਕਿਉਂ ਨਹੀਂ ਰਿਹਾ ਸਰ ਫਿਰ? ਉਹ ਸਰ ਪਤਾ ਕਿਆ ਜੀ, ਇਹਨਾਂ ਦਾ ਆਰ ਓ ਕਟਾਇਆ ਵਾ 5-7 ਹਜ਼ਾਰ ਕਿੱਟਾਂ ਦੇ ਇਹਨਾਂ ਕੋਲ ਆ ਗਿਆ ਜੀ ਪੁਰਾਣਾ ਜੀ। ਠੀਕ ਹੈ ਜੀ, ਤੇ ਬਾਕੀ ਜਿਹੜਾ ਹੈਗਾ ਨਾ ਆਪਣੇ ਰਾਈਸ ਮਿਲ ਦਾ ਹੈ ਆਪਣੇ ਮਰਿੰਡੇ ਤੋਂ, ਉਹਨਾਂ ਦਾ ਕਟਾਇਆ ਵੀ ਜੀ ਆਰ ਓ ਜੀ, ਚਾਵਲਾ ਰਾਈਸ ਮਿਲ ਦਾ ਜੀ ਜੀ। ਉਹਨਾਂ ਨਾਲ ਗੱਲ ਹੋਈ, ਕਹਿੰਦੇ ਕੱਲ ਇੱਕ ਆਪਣੇ ਬੁੱਧਵਾਰ ਨੂੰ ਕਹਿੰਦੇ ਜੀ ਆਪਣਾ ਕੱਲ ਜਾਂ ਪਰਸੋਂ ਬਾਰਦਾਨਾ ਭੇਜ ਦਿੰਦੇ ਕਹਿੰਦੇ ਜੀ। ਤੇ ਸਰ ਮੈਂ ਇਸ ਵੇਲੇ ਖੜਾ ਸੀਗਾ ਅਜੋਲੀ ਮੰਡੀ ਦੇ ਵਿੱਚ ਜੀ ਜੀ, ਤੇ ਇੱਥੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ ਮੇਰੀ, ਤੇ ਇੱਥੇ ਜੋ ਆੜਤੀ ਹੈ ਉਹਨਾਂ ਨਾਲ ਵੀ ਗੱਲ ਹੋਈ ਹੈ ਜੀ। ਉਹ ਕਹਿ ਰਹੇ ਜੀ 4-5 ਦਿਨ ਹੋ ਗਏ ਜੀ ਅਸੀਂ ਪਰੇਸ਼ਾਨ ਹੋ ਰਹੇ ਜੀ, ਮਾਲ ਲੈ ਆਉਂਦੇ ਜੀ ਅਸੀਂ ਝੋਨਾ,
ਏਦਾਂ ਹੀ ਸ਼ਾਮ ਨੂੰ ਵਾਪਸ ਲੈ ਜਾਂਦੇ ਜੀ, ਕੋਈ ਪੁੱਛ ਗਿੱਛ ਨਹੀਂ ਹੈ ਜੀ, ਕੋਈ ਖਰੀਦ ਨਹੀਂ ਹੈ ਜੀ, ਕਿਸਾਨ ਕਿੱਥੇ ਜਾਣ ਜੀ? ਅਤੇ ਸਰ ਪਤਾ ਸਾਰੀ ਮੰਡੀ ਇਹੀ ਪ੍ਰੋਬਲਮ ਹੈ ਜੀ। ਅਤੇ ਸਰ ਸੋਰਟ ਆਊਟ ਕਿਵੇਂ ਹੋਏਗਾ ਫਿਰ? ਇਹ ਸਰ ਹੁਣ ਅਸੀਂ ਪਤਾ ਕਿ ਡੀ ਐਮ ਮੈਡਮ ਦੇ ਨੌਲੇਜ ਲਿਆ ਸੀ ਜੀ ਗੱਲ, ਉਹ ਕਹਿੰਦੇ ਜੇ ਤਾਂ ਉਹ ਪਾਰਟੀ ਮਾਲ ਚੱਕਦੀ ਹੈ ਜੀ ਚਾਵਲਾ ਰਾਈਸ ਮਿੱਲ ਜੀ, ਫਿਰ ਤਾਂ ਠੀਕ ਹੈ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਨਹੀਂ ਤਾਂ ਦੂਜੀ ਪਾਰਟੀ ਦਾ ਆਰੋ ਕਟਵਾ ਕੇ ਜੀ ਇਹਨਾਂ ਨੂੰ ਬਾਹਰ ਦਾ ਨਾਲ ਦੂਜੀ ਪਾਰਟੀ ਦੇ ਦਵਾਉਂਦੇ ਜੀ, ਇਹ ਤਾਂ ਹੋਈ ਸੀ ਕੱਲ੍ਹ ਡੀ ਐਮ ਮੈਡਮ ਨੇ। ਡੀ ਐਮ ਮੈਡਮ ਨਾਲ ਕਦੋਂ ਹੋਈ ਜੀ ਗੱਲ ਇਹ? ਇਹ ਕੱਲ੍ਹ ਜੀ, ਕੱਲ੍ਹ ਸ਼ਾਮ ਨੂੰ ਅਸੀਂ ਇੱਥੇ 7 ਵਜੇ ਗੱਲ ਹੋਈ ਸੀ ਡੀ ਐਮ ਆਪਣੇ ਨਵੀਂ ਤਾਰਾਣੀ ਹੈ ਮੈਡਮ ਜੀ। ਅੱਛਾ, ਬੁੱਧਵਾਰ ਤੱਕ ਦਾ ਟਾਈਮ ਲਿਆ ਜੀ? ਹੈ ਜੀ, ਬੁੱਧਵਾਰ ਤੱਕ ਦਾ ਟਾਈਮ ਲਿਆ ਸਰ? ਹਾਂਜੀ ਹਾਂਜੀ ਹਾਂਜੀ, ਬੁੱਧਵਾਰ ਤੱਕ ਪਹਿਲੇ ਬਾਹਰ ਦਿਨਾਂ ਨੂੰ ਭਰ ਦੇਣਾ ਜੀ ਆਪਾਂ। ਠੀਕ ਹੈ, ਫਿਰ 19 ਦਿਨ ਤੱਕ ਜੋ ਖਰੀਦ ਹੈ ਝੋਨੇ ਦੀ ਉਹ ਬੰਦ ਰਹੇਗੀ ਜੀ ਮੰਡੀਆਂ 'ਚ? ਖਰੀਦ ਤਾਂ ਜੀ ਬਾਰਦਾਨੇ ਦੇ ਹਿਸਾਬ ਨਾਲ ਹੀ ਹੋਣੀ ਜੀ, ਬਾਰਦਾਨੇ ਕਿਉਂਕਿ ਬਾਰਦਾਨਾ ਆਏਗਾ ਤਾਂ ਹੀ ਖਰੀਦ ਹੋਵੇਗਾ। ਫਿਰ ਸਰ ਇਹਦੀ ਸੈਂਸ ਇਹੀ ਬਣਦੀ ਹੈ ਕਿ ਬਾਰਦਾਨਾ ਹੈ ਨਹੀਂ ਹੈ ਅਤੇ ਮੰਡੀ 'ਚ ਖਰੀਦ ਬੰਦ ਹੈ ਜੀ, ਰਾਈਟ ਹੈ ਜੀ? ਹੈ ਜੀ, ਜਦੋਂ ਬਾਰਦਾਨਾ ਨਹੀਂ ਖਰੀਦ, ਹਾਂਜੀ ਹਾਂਜੀ, ਬਾਰਦਾਨਾ ਆ ਕੇ ਤਾਂ ਹੀ ਖਰੀਦ ਹੋਊਗੀ ਸਰ। ਮਤਲਬ ਅਸੀਂ ਇਹ ਲਗਾ ਦਿੰਦੇ ਹਾਂ ਜੀ ਵੀ ਬੁੱਧਵਾਰ ਤੱਕ ਜੋ ਖਰੀਦ ਹੈ ਉਹ ਬੰਦ ਹੈ ਜੀ ਮੰਡੀਆਂ 'ਚ। ਹਾਂ ਉਹ, ਹਾਂਜੀ ਸਰ, ਤੁਸੀਂ ਦੇਖ ਲਓ ਕਿੱਦਾਂ, ਕਿਉਂਕਿ ਅਸੀਂ ਤਾਂ ਦੇਖੋ ਜੀ ਮਿੱਲ ਦਾ ਜਿਹੜਾ ਆਰੋ ਕਟਵਾਇਆ ਹੈ ਜੀ ਜੀ, ਉਹ ਪਾਰਟੀ ਹੁਣ ਹੋ ਸਕਦਾ ਕੱਲ੍ਹ ਬਾਰਦਾਨੇ ਨੇ ਅਗਰ ਨਹੀਂ ਇਹਨਾਂ ਨੇ ਦਿੱਤਾ ਜੀ ਬਾਰਦਾਨਾ ਨਹੀਂ ਤੁਹਾਨੂੰ ਜੀ, ਅਸੀਂ ਇਹ ਜਾਣਨਾ ਚਾਹੁੰਦੇ ਕਿ ਤੁਹਾਨੂੰ ਕਦੋਂ ਤੱਕ ਦਾ ਬੋਲਿਆ ਜੀ ਵੀ ਕਦੋਂ ਤੱਕ ਬਾਰਦਾਨਾ ਦੇਵੋਗੇ? ਸਾਨੂੰ ਤਾਂ ਮਿੱਲਰ ਕਹਿੰਦੇ ਜੀ ਅਸੀਂ ਆਪਣੇ ਕੱਲ੍ਹ ਮੰਗਲਵਾਰ ਜਾਂ ਬੁੱਧਵਾਰ ਤੱਕ ਬਾਰਦਾਨਾ ਦੇ ਰਹੇ ਨੇ ਜੀ, ਮੰਗਲਵਾਰ। ਹਾਂਜੀ ਮੰਗਲਵਾਰ ਤੱਕ, ਸਰ ਮੰਗਲਵਾਰ ਤੱਕ ਖਰੀਦ ਬੰਦ ਹੋ ਗਈ ਨਾ ਸਰ? ਜੀ ਜੀ ਜੀ, ਕਿਉਂਕਿ ਬਾਰਦਾਨਾ ਸਰ ਹੋਊਗਾ ਤਾਂ ਹੀ ਖਰੀਦ ਕਰਾਂਗੇ ਨਾ ਆਪਾਂ।